ਗੁਰਮントਰੀ ਅਮਿਤ ਸ਼ੌਰੇ Jharkhand BJP ਦੀ ਪਰਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੰਦਾ ਦਾਦਰਾ ਤੇ ਨਗਰ ਅਵੇਲੀ ਦਮਨ ਤੇ ਦਿਉ ਦਾ ਤ੍ਰਾਂ ਦਿਨ ਦਾ ਦੌਰਾ ਸ਼ੁਰੂ ਤੇ ਅਮਰੀਕਾ ਚ ਚੌਥਾ ਸਾਲਾਨਾ ਕੁਆਡ ਮੀਟਿੰਗ ਦਾ ਸ਼ਿਖਰ ਸੰਮੇਲਨ ਦਰ ਖਬਰ ਦੀ ਤਫਸੀਲ CNN-NBT UG 2024 ਪਰਚਾ ਲਿਖ ਤੇ ਬੱਚਾ ਚੋਰੀ ਦੇ ਮਾਮਲੇ ਕਰਨੇ ਸਬੰਧਿਤ ਦੁਆ ਅਰੋਪ ਪੱਤਰ ਪਟਨਾ ਦੀ ਸੀਬੀਆਈ ਕੋਰਟ ਚ 6 આરોપીਆਂ ਖਿਲਾਫ ਦਾਖਲ ਕੀਤਾ ਹੈ ਅਰੋਪ ਪੱਤਰ ਕੀ ਬੱਖ ਬੱਖ ਪ੍ਰਵਧਾਨ ਨੇ ਤਹਿਤ ਆਈਪੀਸੀ ਦੀ ਤਫਾ 12 ਬੀ ਬੀ ਦਫਾ 109 ਦਫਾ 409 ਦਫਾ 40 ਬੀ ਤੇ ਦਫਾ 380 ਤਹਿਤ ਦਾਇਰ ਕੀਤਾ ਗਿਆ ਹੈ ਇਹਦੇ ਇਲਾਵਾ ਬੱਖ ਬੱਖ 17 ਤਹਿਤ ਉਹਨੇ આરોપીਆਂ ਕੀ ਵੀ ਜਿਸ ਚ ਓਐਸਐਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਇਸਾਨੁਲ ਹਕ ਤੇ ਵਾਈਸ ਪ੍ਰਿੰਸੀਪਲ ਮੁਹੰਮਦ ਇਮਤੀਆਜ਼ ਆਲਮ ਖਿਲਾਫ ਲਾਈਆਂ ਗਈਆਂ ਨਾ ਦੁਆ ਅਰੂਪਤਰ ਬਲਦੇਵ ਕੁਮਾਰ ਉਰਫ ਚਿੰਟੂ ਸੰਨੀ ਕੁਮਾਰ ਡਾਕਟਰ ਇਸਾਨੁਲ ਹਕ ਮੁਹੰਮਦ ਇਮਤੀਆਜ਼ ਆਲਮ ਹਜ਼ਾਰੀ ਬਾਗ ਜਮਾਲਉਦੀਨ ਦੇ ਇੱਕ ਮਕਾਮੇ ਪੱਤਰਕਾਰ ਤੇ ਅਮਨ ਕੁਮਾਰ ਸਿੰਘ ਖਿਲਾਫ ਦਾਇਰ ਕੀਤੀ ਗਈ ਹੈ ਕੇਂਦਰੀ ਸਿੱਤ ਮੰਤਰੀ ਜੀਪੀ ਨੱਡਾਵਰੇ ਆਖਿਆ ਜੇ ਨਰਿੰਦਰ ਮੋਦੀ ਉੰਦੀ ਅਗਵਾਈ ਵਾਲੀ ਸਰਕਾਰ ਨੇ ਕੰਮ ਕਰਨਿਆਲੀ ਜਵਾਬਦੇਹੀ ਆਲੀ ਤੇ ਮੁਲਖਾ ਚ ਅਖੀਰ ਤੋੜੀ ਰਵਾੜ ਦੇ ਲੂਕੇਂਗੀ ਸੇਵਾ ਦੇਣਿਆਲੀ ਸਿਆਸਤ ਕੀ ਅਗਿਆਨਿਆ ਨਵੀਂ ਦਿੱਲੀ ਚ ਮੀਡੀਆ ਗੀ ਮੰਤਰਾਲੇ ਦੀ ਉਪਲਬਧੀਆਂ ਦੀ ਜਾਣਕਾਰੀ ਦਿੰਦੇ ਹੋਏ ਨਟੌਰਿਆ ਆਖਿਆ ਕਿ ਸਰਕਾਰ ਨੇ ਆਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ્ય ਯੋਜਨਾ ਚ ਕਿਸੇ ਵੀ ਸਮਾਜੀ ਫਰਕ ਉਫਰ ਕੀਤੇ ਬਿਨਾਂ 70 ਬਰੇ ਦੀ ਉਮਰੀ ਦੇ ਬਜ਼ੁਰਗਾਂ ਗੀ ਸ਼ਾਮਲ ਕਰਨ ਦੇ ਵੱਡੇ ਫੈਸਲੇ ਦੇ ਬਾਰੇ ਵੀ ਦੱਸਿਆ ਦਸਾਇਆ ਉਹਨੇ ਆਖਿਆ ਜੇ ਇਸ ਦਾ ਮਕਸਦ ਕੋਈ 4 ਕਰੋੜ 5 ਲੱਖ ਰੁਪਏ ਚ ਬਜ਼ੁਰਗਾਂ ਗੀ ਲਾ ਦੇਣਾ ਹੈ ਜਿਸ ਚ 5 ਲੱਖ ਰੁਪਏ ਦੀ ਮੁਫਤ सेहत बीमा उपलब्ध कराना शामल है मंत्री पिछले सौ ध्याे च सरकार नेक कल्याण आलि बारे भी लौ पी केन्द्रीय गृह राज्यमंत्री नित्यानंद राय होिहत्रवे आरआर बैच दे पास हो सखेतरु भारतीय पुलिस सेवा के अधिकार अ ਅਪਰਾਧੀਆਂ ਦੀ ਸਜ਼ਾ ਦੇਣੇ ਦੇ ਬਜਾਏ ਅਪਰਾਧ ਕੀ ਰੋਕਣੇ ਦੀ ਦਿਸ਼ਾ ਚ ਕੰਮ ਕਰਨੇ ਤੇ ਨਵੇਂ ਅਪਰਾਧਿਕ ਕਾਨੂੰਨੇ ਦੀ ਸਮਝਨੇ ਦੀ ਗੁਜ਼ਾਰਿਸ਼ ਕੀਤੀ ਸਾਈਬਰ ਅਪਰਾਧ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਉਭਰੀ ਚੁੱਕੇ ਦਾ ਹੈ ਇਸ ਚੁਣੌਤੀ ਗੀ ਲਈਏ ਉਹਨੇ ਤਕਨੀਕੀ ਕੌਸ਼ਲ ਕਰਨੇ ਇਸ ਥਮਾ ਪਾਰ ਪਾਣੇ ਦੇ ਪ੍ਰਯਾਸਾਂ ਚ ਅਗਵਾਈ ਕਰਨੇ ਦੀ ਗੁਜ਼ਾਰਿਸ਼ ਵੀ ਕੀਤੀ ਹైదరాబాద్ ਕਸ਼ ਸਰਦਾਰ ਵੱਲਭ ਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀ ਚ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਕਰਨ ਦੇ ਬਾਅਦ ਉਹਨੇ ਆਖਿਆ ਜੇ ਪੁਲਿਸ ਵਿਵਸਥਾ ਦੀ ਮਜ਼ਬੂਤ ਬਣਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਈਬਰ ਫੋਰੈਂਸਿਕ ਕਾਰਸ਼ਾਲਾ ਪੁਲਿਸ ਟੈਕਨੋਲੋਜੀ ਮਿਸ਼ਨ ਤੇ ਹੋਰ ਨੇ ਪਹਿਲ ਕੀਤੀ ਹੈ ਉਨੇ ਆਖਿਆ ਜੀ ਅਤੰਗਵਾਦ ਤੇ ਖੱਬੇਧੜੇ ਦਾ ਅਤਵਾਦ ਤਕਰੀਬਨ ਖਤਮ ਕਰ ਦਿੱਤਾ ਗਿਆ ਹੈ ਉਨੇ ਨੌਜਵਾਨ ਆਈਪੀਐਸ ਸਖੇਤਰੂ ਅਧਿਕਾਰੀਆਂ ਗੀ ਇਨੇਗੀ ਜੜ੍ਹ ਥਮਾ ਖਤਮ ਕਰਨੇ ਕੀ ਤੇ ਇੰਦੇ ਖਿਲਾਫ ਤਗੜੇ ਆਈ ਨੇ ਲੜਨੇ ਕੀ ਆਖਿਆ ਇਸ ਪਰੇਡ ਚ ਠੁੰਜਾ ਮਹਿਲਾ ਅਧਿਕਾਰੀਆਂ ਦੇ ਕੰਨ ਨੋ ਕੰਨੀ ਨੇਪਾਲ ਬੁਟਾਨ ਤੇ ਔਰਨੇ ਦੇਸ਼ਾਂ ਦੇ 19 ਵਿਦੇਸ਼ੀ ਅਧਿਕਾਰੀ ਤੇ 188 ਆਈਪੀਐਸ ਅਧਿਕਾਰੀ ਸਨ 207 ਸਖੇਤਰੂ ਅਧਿਕਾਰੀਆਂ ਨੇ ਬੁਨਿਆਦੀ ਸਖਲਾਈ ਪਾਠਕ੍ਰਮ ਚ ਇਸਲਾ ਲਾਤਾ। ਇਹ ਖਬਰਾਂ ਤੋਂ ਸਾਕਾਰ ਆਸ਼ਵਾਨੀ ਪਰ ਆਸੋ ਨਾਰਦੇਓ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਉਰੇ ਅੱਜ Jharkhand BJP ਦੀ ਤਰਫਾਂ ਸਾਦਗੰਜ ਜ਼ਿਲ੍ਹੇ ਦੇ ਬੋਗਨਾਰੀਤ ਧਮਾ ਸੰਥਾਲ ਪਰਗਨਾ ਖੇਤੇਲੇ ਪਰਵਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਪੁਲਿਸ ਲਾਈਨ ਮੈਦਾਨ ਚ ਜਨ ਸਭਾ ਗੀ ਸੰਬੋਧਿਤ ਕਰਦੇ ਹੋਏ ਸ਼ਾਹ ਹੋਰੇ ਆਖਿਆ ਜੇ ਪਰਵਰਤਨ ਯਾਤਰਾ ਦੇ ਬਾਅਦ ਰਾਜ ਚ ਚੁਣਾ ਅਭਿਆਨ ਦੀ ਸ਼ੁਰੂਆਤ ਹੋਈ ਹੈ ਸ਼ਾਹ ਹੋਰੇ ਵਾਅਦਾ ਕੀਤਾ ਜੇ ਰਾਜ ਚ ਬੀਜੇਪੀ ਸੱਤਾ ਚ ਆਏ ਤਾਂ 75 ਬਰੇ ਜਾਦੇ ਕਲਾ ਮਤੇ ਉਮਰੀ ਦੇ ਲੋਕਾਂ ਗੀ 10 ਲੱਖ ਰੁਪਏ ਤੋੜੀ ਦਾ ਮੁਫਤ ਇਲਾਜ ਮੁਹੱਈਆ ਕਰਾਇਆ ਜਾਗਾ ਬਾਜਿ ਸ਼ਾਉਰ ਗਰੀਦ ਜ਼ਿਲ੍ਹੇ ਚ ਝਾਰਖੰਡੀ ਧਾਮ ਦਾ ਵੀ ਦੁਰਲਾੰਗਨ ਤੇ ਧਨਬਾਦ ਖੇਤ ਲਈ ਵਿਜਾਤਰਾ ghee ਸ਼ੁਰੂ ਕਰਾਂਗਨ ਤੇ ਕੰਨ ਹੈਗੇ ਸਾਰਵਜਨਿਕ ਬੈਠਕਾਂ ਵੀ ਸੰਬੋਧਿਤ ਕਰਗਨ 2 ਅਕਤੂਬਰ ਕੀ ਸੰਪਨ ਹੋਣੇ ਕੋਲਾ ਪਹਿਲੇ ਇਹ ਯਾਤਰਾ ਚੋਫੀ ਜ਼ਿਲ੍ਹੇ ਚ ਸਮੂਲਜੀ ਕਾਸੀ ਅਸੈਂਬਲੀ ਇਸ ਸੇ ਚ ਕੋਈ 5400 ਕਿਲੋਮੀਟਰ ਦਾ ਸਫ਼ਰ ਤੈਕਰੋਗ ਇਸ ਬਰੇ ਦੇ ਅਖੀਰ ਚ ਵਿਧਾਨ ਸਭਾ ਚੋਣਾਂ ਦੇ ਕਰੀ ਵਿਰੋਧੀ ਧੜੇ ਆਲੀ ਬੀਜੇਪੀ ਝਾਰਖੰਡ ਚ ਬਦਲਾਵ ਲਈ 6 ਪਰਵਰਤਨ ਯਾਤਰਾ ਕਰੋਗ ਤਾਂ ਜੇ ਝਾਰਖੰਡ ਮੁਕਤੀ ਮੋਰਚਾ ਆਲੀ ਅਗਵਾਈ ਵਾਲੀ ਸਰਕਾਰ ਦੀ ناکਾਮਯਾਬੀਆਂ ਦਾ ਪਰਦਾਫਾਸ਼ ਕਰਨਗੇ ਤੇ ਲੋਕਾਂ ਤੋੜੀ ਪੁੱਜੋਗ ਉਪ ਰਾਸ਼ਟਰਪਤੀ ਜਗਦੀਪ ਤਨਕਰੋ ਅੱਜ თਮਾਦਾਧਰ ਤੇ ਨਾਗਰ ਰਵੇਲੀ ਤੇ ਦਮਨ ਤੇ ਦਿਉ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ 3 ਦਿਨ ਦੇ ਦੌਰੇ ਪਰ ਪਹੁੰਚੇ ਹਨ ਇਹ ਉਪ ਰਾਸ਼ਟਰਪਤੀ ਹੁੰਦਾ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਪਹਿਲਕਾ ਦੌਰਾ ਹੈ ਦੌਰੇ ਦੇ ਪਹਿਲੇ ਦਿਹਾੜੇ ਉਪ ਰਾਸ਼ਟਰਪਤੀ ਹੋਰੇ ਦਮਨ ਦੇ ਜਮਪੂਰ ਚ ਚਿੜੀਆ ਘੜ ਦਾ ਉਦਘਾਟਨ ਕੀਤਾ ਉਹਨੇ ਜੁਮਪ੍ਰਿੰਚ ਸਵਾਸਥ ਤੇ ਸਾਮ ਸੰਭਾਲ ਕੇਂਦਰ ਦਾ ਦੌਰਾ ਲਾਇਆ ਦਨਕਰੂਰ ਕਲ ਦਾਦਰਾ ਤੇ ਨਾਗਰ ਵੀ ਲੀਦੇ ਸਿਲਵਾਸਾ ਚ ਨਮੂ ਮੈਡੀਕਲ ਸਿੱਖਿਆ ਤੇ ਅਨੁਸੰਧਾਨ ਸੰਸਥਾਨ ਦਾ ਦੌਰਾ ਲਾਂਗਨ ਤੇ ਵਿਦਿਆਰਥੀ ਤੇ ਉੱਥੇ ਕੰਮ ਕਰਾਰ ਦੇ ਕਰਮੀਆਂ ਕਨੇ ਵੀ ਗੱਲਬਾਤ ਕਰਗਨ ਉਹ ਸਿਲਵਾਸਾ ਚ ਵੈਸਟ ਜ਼ੋਨ ਕਲਚਰਲ ਸੈਂਟਰ ਆਸਿਆਂ ਆਯੋਜਿਤ ਇੱਕ ਸਾਰਵਜਨਿਕ ਕਾਰਜਕ੍ਰਮ ਚ ਵੀ ਸ਼ਾਮਲ ਹੋਗਨ ਦਪੈਰੀਚੋ ਉਪਰਾਸ਼ਟਰਪਤੀ ਔਰ ਦਿਉਚ ਮਕਾਮੀ ਨਿਕਾਏ ਤੇ ਮਕਾਮੀ ਪੰਚਾਇਤਾਂ ਦੇ ਚੁਣੋਏ ਦੇ ਨਮਾਇੰਦੇ ਕੰਨੇ ਕੱਲ੍ਹ ਬਾਦ ਵੀ ਕਰਗਨ 22 ਸਤੰਬਰ ਕੀ ਉਪਰਾਸ਼ਟਰਪਤੀ ਔਰ ਦਿਉਚ ਗੋਂਗਲਾ ਬਲੂ ਫਲੈਗ ਬੀਚ ਤੇ ਗੋਂਗਲਾ ਟੈਂਟ ਸਿਟੀ ਦਾ ਵੀ ਦੌਰਾਂ ਲੰਗਨ ਓ ਗੋਂਗਲਾ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਆਲੇ ਕਰੇਂ ਦਾ ਵੀ ਉਦਘਾਟਨ ਕਰਗਨ द्यू च गंदे पानी की निकासीबंधी संयंत्र का भी उदघाटन करीधनखड़ अपने दौरे के अखीले ध्या द्यू के केवड़ी च शिक्षा केन्द्र का भी दौरा लांगन राष्ट्रपति द्रौपदी मुर्मू हो रांची के नामकुंड च भारतीय कृषि सबंधी सैकेंडरी कृषि संस्थान दे शताब्दी समारोह संबोधित कीता इस मौके राष्ट्रपति हो ते एनआईएसए ने मुल्ख लाख कीड़े का उत्पादन हासिल करने च महत्वपूर्ण योगदान दिता है इस संस्थान ने रई बई सबंधी अन्संधान विकास कम न छा कुशलता ने चलाया है बल्कि इस प्रकार दे दी पुज जमीनी स्तर तोड़ी भी यकीनी कीती है राष्ट्रपति होरें आक्खेआ जे झारखंड देसै दा कोई पचुंजा फीसद लाख उत्पादन करदा है। राष्ट्रपति होरें करसानें दी आमदन बधाने ले उद्योग अदालत राई बाई बढ़ावा देने पर बल देता। राष्ट्रपति मुर्मू सेकेंडरी कृषि गी लेये करसानें गी जागरूक करने ताई वैज्ञानिकें सलाह दित्ती उनें आक्खेआ जे आई इस मामले च असरदार भूमिका निभाई सकदा ऐ राष्ट्रपति होसाने ले डब्बा बंद बंदीय दी सखलाई दे बाद किसाने की आमदन बदायी जाय रापति मुर्मू हो किसानेसया कचरे दा इस्तेमाल करने, करने भी उंदे माली हालात मजबूती देने मदद थोग। इस मौके पर राज्यपाल संतोष कुमार गंगवार रायबाई ते करसान कल्याण मंत्री ती ते ग्रामीण विकास मंत्री शिवराज सिंह चौहान रक्षा राज्य मंत्री संजय सेठ ਤੇ ਮੁੱਖ ਮੰਤਰੀ हेमंत सुरੇਨੌਰ ਵੀ ਆਪਣੇ ਵਿਚਾਰ ਵਿਅਕਤ ਕੀਤੇ ਇਹ ਖਬਰਾਂ ਤੋਂ ਸਾka ਆਸ਼ਵਨੀ ਪਰਾ ਸੋਨਾਰਦੇਵ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕੱਲ ਉਹਨੇ ਆਲੇ ਚਾਰ ਦੇਸ਼ਾਂ ਦੇ ਕੁਆਡ ਸ਼ਿਖਰ ਸੰਮੇਲਨ 'ਚ ਇਸ ਹਾਲੇ ਨੇ ਲਈ ਅਮਰੀਕਾ ਪੁੱਜੀ ਕੇਨਾ फ्लोरिडा ਚ ਸੰਵਾਦਤਾਇ ਕੰਨੇ ਗੱਲ ਕਰਦੀ ਹੋਈ ਅਲਬਨੀਸੁਰੇ ਆਖਿਆ ਜੇ ਚਾਰ ਵੱਡੇ ਲੋਕਤੰਤ੍ਰਿਕ ਦੇਸ਼ ਭਾਰਤ, ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਸਾਂਝਾ ਲਕਸ਼ਯਾ ਤਮਾ ਪ੍ਰੇਰਿਤ ਨ ਤੇ ਇੰਦ-ਪ੍ਰਸ਼ਾਂਤ ਖੇਤਰ ਚ ਸ਼ਾਂਤੀ ਤੇ ਸਥਿਰਤਾ ਲਈ ਬਚਨੇ ਵੱਜੀ ਦੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਓਰੇ ਆਖਿਆ ਜੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨੇ ਕੁਆਡ ਦੇ ਔਰ ਨੇ ਨਿਤਾਇ ਕੰਨੇ ਗੱਲਬਾਤ ਲਈ ਉਤਸੁਕ ਨ। ਕੁਆਡ ਮੁਲਖ मुख्य रूप ने चीन ते हिंद प्रशांत क्षेत्र गतिविधियों पर विशेष रूप ने सामरिक संचार संबंधित अमरीका राष्ट्रीय सुरक्षा परिषद दे संयोजक जॉन किरवी जे क्वाड नेता चीन दी गतिविधियों थम पैदा चुनौतियों पर चर्चा करोग। ਕੇਂਤਰੀ ਖਾਦ ਮੰਤਰੀ ਪ੍ਰਹਲਾਦ ਜੋਸ਼ੀਓ ਨੇ ਆਖਿਆ ਜੇ ਤਿਰਪਤੀ ਮੰਦਿਰ ਦੇ ਲੱਡੂਆਂ ਚ ਮवेशੀਆਂ ਦੀ ਚਰਬੀ ਹੋਣ ਦਾ ਮੁੱਦਾ ਗੰਭੀਰ ਮਾਮਲਾ ਹੈ ਅੰਧਰ ਪ੍ਰਦੇਸ਼ ਦੇ ਮੁੱਖ ਮੰਤਰੀਓ ਨੇ ਇਹ ਮੁੱਦਾ ਪੁੱਟਿਆ ਹੈ ਅਜਨੇ ਮੇ ਦਿੱਲੀ ਚ ਸੰਮਦਾਤਾਏ ਕਰਨੇ ਗੱਲਬਾਤ ਚ ਉਹਨੇ ਆਖਿਆ ਜੇ ਇਸ ਮਾਮਲੇ ਦੀ ਵਿਆਪਕ ਜਾਂਚ ਤੇ ਮਗਰਾ ਦੋਸ਼ੀਆਂ ਕੀ ਸਜ਼ਾ ਦਿੱਤੀ ਜਾਣੀ ਲੋਚਦੀ ਰਾਸ਼ਟਰੀ ਡੇਰੀ ਵਿਕਾਸ ਬੋਰਡ ਦੀ ਲੈਬਾਰਟਰੀ ਚ ਪੁਸ਼ਟੀ ਹੋਈ ਹੈ ਜੇ ਤਿਰਪਤੀ ਦੇ वेंकटेश्वर स्वामी ਮੰਦਿਰ ਚ ਪ੍ਰਸਾਦ ਚ ਲੱਡੂਏਂ ਦੀ ਤਿਆਰ ਕੀਤੇ ਜਾਣ ਵਾਲੇ ਕਿਉ ਚ ਪਸ਼ੂਏ ਦੀ ਚਰਬੀ ਮਲਾਈ ਗਈ ਸੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਡੋਰੇ ਖਾਦਦ ਸੁਰੱਖਿਆ ਪ੍ਰਣਾਲੀ ਚ ਸੁਧਾਰ ਲਈ ਲਗਾਤਾਰ ਸਹਿਯੋਗ ਟੈਕਨੋਲੋਜੀ ਤੇ ਵਚਨ ਬੱਤਾ ਦਾ ਆਵਾਨ ਕੀਤਾ ਅਜਨਮੀ ਦਿੱਲੀ ਚ ਵਿਸ਼ਵਿਕ ਖਾਦਯ ਨਿਯਾਮਕ ਸ਼ਿਖਰ ਸੰਮੇਲਨ ਦਾ ਉਦਘਾਟਨ ਕਰਦੇ ਹੋਈ ਨੱਡੌਰੇ ਆਖਿਆ ਜੇ ਤੇਜ਼ੀ ਨੇ ਉਹ ਅਰਧੇ ਵਿਸ਼ਵਿਕਰਨ ਤਕਨੀਕੀ ਪ੍ਰਗਤੀ ਤੇ ਵਧਦੀ ਉਪਭੋਗਤਾ ਪ੍ਰਾਥਮਿਕਤਾਇ ਖਾਦ ਪ੍ਰਣਾਲੀਆਂ ਕੀ ਨਮਾ ਰੂਪ ਦੇ ਆਰਦੀ ਹੈ ਉਨੇ ਵਧਦੇ ਖਾਦ ਉਤਪਾਦਨ ਉਪਭੋਗਤਾ ਦੇ ਰੁਝਾਨ ਤੇ ਵਿਸ਼ਵਿਕ ਵਪਾਰ ਦੇ ਸਾਵੇ ਖਾਦ ਮਾਨਕ ਤਿਆਰ ਕਰਨੇ ਚ ਸਿਹਤ ਮੰਤਰਾਲੇ ਤੇ ਭਾਰਤੀ ਖਾਦ ਸੁਰੱਖਿਆ ਤੇ ਮਾਨਕ ਪ੍ਰਾਧਿਕਰਨ ਦੀ ਮਹੱਤਵਪੂਰਨ ਭੂਮਿਕਾ ਪਰ ਜ਼ੋਰ ਪਰਿਆ ਸਿਹਤ ਮੰਤਰੀ ਹੋ ਨੇ ਆਖਿਆ ਜੇ ਖਾਣੇ ਪੀਣ ਦੀਆਂ ਚੀਜ਼ਾਂ ਚ ਕੀਟਨਾਸ਼ਕ ਦੇ ਕੰ ਮਨੁੱਖ ਦੇ ਸਿਹਤ ਲਈ ਖਤਰਾ ਪੈਦਾ ਕਰ ਦੇਣਾ ਉਨੇ ਆਖਿਆ ਜਿਵਿਕ ਖੇਤੀ ਤੇ ਵਿਕਲਪਿਕ ਕੀਟ ਨਿਯੰਤਰਣ ਵਿਧੀਆਂ ਕੀ ਬੜਾਵਾ ਦੇਣੇ ਦੇ ਭਾਰਤ ਪ੍ਰਯਾਸ ਕਰੜਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਆਉਂਦੀ 21 ਥਮਾ 23 ਸਤੰਬਰ ਤੱਕਰ ਅਮਰੀਕਾ ਦੇ ਤਰਾਉਂਦੇ ਨੇ ਦੇ ਦੌਰੇ ਪਰ ਉੰਗਨ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਔਰ ਵਿਲਮਿੰਗਟਨ ਚ ਕੋਆਰਡੀਨੇਟਾਂ ਦੇ ਚੌਥੇ ਸਾਲਾਨਾ ਸ਼ਿਖਰ ਸੰਮੇਲਨ ਚ ਇਸ ਲੈਂਗਨ इस सम्मेलन अमेरिका अमरीका राष्ट्रपति जो बाइडन करगन भारत अगले बरे लगने आले क्वाड शिखर सम्मेलन मेजबानी करोग प्रधानमंत्री मोदी और 22 सितंबर की न्यूयॉर्क च भारतीय समुदाय दे एक किट भी संबोधित करगन इदे प्रांत श्री मोदी और 23 सितंबर की न्यूयॉर्क च संयुक्त राष्ट्र महासभा भविक संबंधी शिखर सम्मेलन की भी संबोधित करगन ਜਿਹਦਾ ਵਿਸ਼ੇ ਸਾਰ ਹੈ ਇੱਕ ਬਿਹਤਰ ਕੱਲ ਲਈ ਬਹੁਪੱਖੀ ਹੱਲ ਆਲਮੀ ਸਤਾ ਦੇ ਕਈ ਨੇਤਾਵਾਂ ਦੇ ਇਸ ਸੰਮੇਲਨ 'ਚ ਹਿੱਸਾ ਲੈਣ ਦੀ ਉਮੀਦ ਹੈ ਸ਼ਿਖਰ ਸੰਮੇਲਨ ਥਮਾ ਬਾਕ ਬਾਰੇ ਪ੍ਰਧਾਨ ਮੰਤਰੀ ਹੋਰ ਕਈ ਵਿਸ਼ਵਿਕ ਨੇਤਾਵਾਂ ਕੰਨੇ ਦਬੱਖੀ ਬੈਠਕਾਂ ਕਰਗਨ ਜਿਸ ਤਰ੍ਹਾਂ ਆਪਸੀ ਇਤੇ ਵਾਲੇ ਮੁੱਦੇ 'ਤੇ ਚਰਚਾ ਕੀਤੀ ਜਾਗ ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਹੋਰ ਆਰਟੀਫੀਸ਼ੀਅਲ ਇੰਟੈਲੀਜੈਂਸ ਕੁਆਂਟਮ ਕੰਪਿਊਟਿੰਗ सैमी कंटक्ट जैविक तकनीकें जने अल के खेतर सहयोग देने प्रमुख अमरीकी कंपनियों के मुख कार्यकारी अधिकारियों कलब करगं खास -खास सीबीआई ने नीट यूजी बी सौ चौबीस आचाली मामले च आरोपियों खिलाफ दुआ आरोप पत्र दर्ज कि है सेहत मंत्री जेपी नड्डा हो सौ दिन चेहत ते परिवार कल्याण मंत्रालय दिए उपलब्धिए दे बारे एक संवाददाता सम्मेलन च संबोधित गृह गृहमंत्री अमित शाह होरें झारखंड बीजेपी दी परिवर्तन यात्रा दी शुरुआत की उपराष्ट्रपति जगदीप धनखड़ हुदरा नगर नगरवेली दमन दियू का त्रं दा दौरा शुरू ते ਚੌਥਾ ਸਲਾਨਾ ਕੁਆਡ ਨੇਤਾਇੰਦਾ ਸ਼ਿਖਰ ਸੰਮੇਲਨ ਇਸ ਬਿਲੇ ਦੇ ਬੁਲੇਟਿਨ ਚ ਬਸ ਇਨਾ ਗਏ